वेलकम है जी सारे का। गल करांगे फंड्स दी, यूके जिहड़े स्टूडेंट जाना चाहते हैं फंड्स दे कुछ अपडेट्स ने, स्टूडेंट जरूर इन्हां ध्यान नाल देखो, थोड़े बहुत हेल्पफुल हो सकते हैं थोड़े वास्ते। अज दे साडे गैसट ने वीजा ऑफिस दे सीनियर कंसल्टेंट स्नेहा जी, बहुत बहुत स्वागत है। सत श्री अकाल जी। तो स्नेहा जी, किस तरीके दे अपडेट्स ने फंड्स नूं लैके जिहड़े तुसीं शेयर करना चाहोगे? सर देखो, हुण जिहड़ा प्रेजेंट सिनेरियो हैगा वा कि तुसीं नोट कर ही रहे हो कि कैनेडा दे विच जिहड़ा बच्चा डिबोर्ट हो रहा वा, हुण हर यूनिवर्सिटी हर एम्बेसी थोड़ी स्ट्रिक्ट होगी। सो अगर आप फंड्स की गल करिए, क्योंकि यूके दे विच जिहड़ा फंड्स वाला पार्ट आ वो बहुत ही इंपॉर्टेंट पार्ट हैगा वा, स्टूडेंट बहुत कन्फ्यूज हैगा वा कि जिहड़े सानू 28 डेज ओल्ड फंड्स दिखाने होंगे वो किहदे अकाउंट होने चाहिए आ, मेन एप्लीकेंट दे होने चाहिए आ, पेरेंट्स दे हैगे आ या थर्ड पार्टी। पहले तो यूके दे विच थर्ड पार्टी दे नहीं चलते, पेरेंट्स दे या मेन एप्लीकेंट दे होने चाहिए आ। अगर पेरेंट्स दे हैगे आ तां बच्चे दा बर्थ सर्टिफिकेट होना बहुत जरूरी आ, ਉਹਦੇ ਹੋਰ ਵੀ ਐਫੀਡੈਵਿਟ ਸਪੋਰਟਿੰਗ ਵਗੈਰਾ ਲੱਗਣਗੇ, ਉਹ ਮੈਂ ਡਿਟੇਲ ਦੇ ਵਿੱਚ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਡਿਟੇਲਸ। ਐਂਡ ਆਫਟਰ ਦੈਟ ਜਿਹੜਾ ਮੇਨ ਹੈਗਾ ਵਾ ਕਿ ਜਾਂ ਤਾਂ ਤੁਹਾਡੇ 28 ਡੇਜ਼ ਓਲਡ ਫੰਡ ਹੋਣੇ ਚਾਹੀਦੇ ਆ, ਜਾਂ ਐਫ ਡੀ ਹੋਣੀ ਚਾਹੀਦੀ ਹੈ, ਜਾਂ ਅਗਰ ਤੁਸੀਂ ਲੋਨ ਲੈਟਰ ਲੈ ਰਹੇ ਹੋ ਤਾਂ ਉਹ ਲਗਾਓ, ਬਟ ਉਹ ਵੈਰੀਫਾਈ ਹੁਣ ਹੋ ਸਕਦੇ ਆ। ਮੇਰੀ ਇੱਕ ਹੋਰ ਐਡਵਾਈਸ ਹੈਗੀ ਆ, ਜਿਹੜੇ ਸਟੂਡੈਂਟਸ ਆਪਣੀਆਂ ਮੇ ਇਨਟੇਕ ਲਈ ਫਾਈਲਸ ਲਗਾ ਰਹੇ ਆ, ਪਲੀਜ਼ ਆਪਣੇ ਡਾਕੂਮੈਂਟਸ ਵੈਰੀਫਾਈ ਕਰ ਲਓ। ਅਗਰ ਤੁਹਾਡੇ 28 ਡੇਜ਼ ਓਲਡ ਫੰਡਸ ਨਹੀਂ ਆਈਆਂ, ਤੁਹਾਨੂੰ ਕੋਈ ਡਾਊਟ ਹੈਗਾ, ਅਗਲਾ ਇਨਟੇਕ ਕਰ ਲਿਓ। ਅਗਰ ਵੈਰੀਫਿਕੇਸ਼ਨਸ ਹੋ ਗਈਆਂ ਔਰ ਤੁਸੀਂ ਉਹਦੇ ਆਨਸਰਸ ਨਹੀਂ ਦੇ ਪਾਏ ਜਾਂ ਸਿੱਧੀਆਂ ਰਿਫਿਊਜ਼ਲਸ ਆ ਗਈਆਂ, ਤਾਂ ਯੂਕੇ ਦੀ ਇੱਕ ਵਾਰ ਅਗਰ ਰਿਫਿਊਜ਼ਲ ਹੋ ਗਈ ਤਾਂ ਨੈਕਸਟ ਟਾਈਮ ਬਹੁਤ ਮੁਸ਼ਕਿਲ ਹੋ ਜਾਏਗਾ। ਸਨੇਹਾ ਜੀ, ਲੋਨ ਲੈਟਰ ਕਿੰਨਾ ਜੈਨੂਇਨ ਮੰਨਿਆ ਜਾਂਦਾ? ਸਰ ਲੋਨ ਲੈਟਰ ਦੇਖੋ ਹੈ ਤਾਂ ਪ੍ਰੋਪਰ ਜੈਨੂਇਨ ਹੈਗਾ, ਬਟ ਕਈ ਲੋਕ ਏਜੰਟਸ ਬਹੁਤ ਤਰ੍ਹਾਂ ਦੇ ਹੈਗੇ ਆ। ਮੈਂ ਇਸ ਵੇ ਨਾਲ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦੀ, ਬਟ ਮੈਂ ਸਟੂਡੈਂਟ ਨੂੰ ਅਵੇਅਰ ਕਰਨਾ ਚਾਹੁੰਦੀ ਹਾਂ ਕਿ ਉਹ ਕ੍ਰੋਸ ਚੈਕਿੰਗ ਜ਼ਰੂਰ ਕਰ ਲੈਣ ਆਪਣੇ ਬੈਂਕ, ਜਿਹੜਾ ਤੁਸੀਂ ਜਿੱਥੋਂ ਲੋਨ ਲੈਟਰ ਬਣਵਾਇਆ ਵਾ ਤੁਹਾਡਾ ਜੈਨੂਇਨ ਹੋਣਾ ਚਾਹੀਦਾ। ਕ੍ਰੋਸ ਚੈਕਿੰਗ ਦਾ ਮਤਲਬ ਕੀ ਹੁੰਦਾ ਕਿ ਅੰਬੈਸੀ ਬੈਂਕ ਨੂੰ ਕਾਲ ਕਰ ਸਕਦੀ ਹੈ, ਸੋ ਕੋਈ ਆਪਣਾ ਫੇਕ ਡਾਕੂਮੈਂਟ ਨਾ ਲਗਾਉਣ ਹੁਣ ਸਟੂਡੈਂਟ। ਸੋ ਵੈਰੀਫਿਕੇਸ਼ਨ ਵੀ ਈਜ਼ੀ ਹੋਣੀ ਚਾਹੀਦੀ ਹੈ, ਮਤਲਬ ਜੇ ਅੰਬੈਸੀ ਨੇ ਚੈੱਕ ਕਰਨਾ ਹੈ ਉਹ ਕਿਵੇਂ ਚੈੱਕ ਕਰਦੀ, ਮੇਲ ਕਰਦੀ, ਇਹਦੇ 'ਚ ਵੀ ਸਟੂਡੈਂਟ ਦਾ ਕੋਈ ਰੋਲ ਹੁੰਦਾ? ਨਹੀਂ ਸਰ, ਉਹਦੇ ਵਿੱਚ ਫਿਰ ਸਟੂਡੈਂਟ ਦਾ ਕੋਈ ਰੋਲ ਨਹੀਂ ਆ ਨਾ, ਉਹ ਤਾਂ ਬੈਂਕ ਦਾ ਰੋਲ ਹੈਗਾ ਵਾ। ਅਗਰ ਤੁਹਾਡਾ ਜੈਨੂਇਨ ਡਾਕੂਮੈਂਟ ਹੈਗਾ ਤਾਂ ਬੈਂਕ ਸਹੀ ਆਨਸਰ ਹੀ ਕਰੇਗੀ ਨਾ। ਠੀਕ ਹੈ ਜੀ, ਫੰਡਸ ਨੂੰ ਲੈ ਕੇ ਅਪਡੇਟਸ ਨੇ, ਜ਼ਰੂਰ ਇਹਨਾਂ ਦਾ ਧਿਆਨ ਰੱਖੋ। ਬਹੁਤ ਬਹੁਤ ਧੰਨਵਾਦ ਅੱਜ ਦਾ ਸ਼ੋਅ ਦੇਖਣ ਵਾਸਤੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਸਤਿ ਸ਼੍ਰੀ ਅਕਾਲ ਜੀ।